ਹੁਣ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਆਪਰੇਸ਼ਨ ਲੋਟਸ ਨੂੰ ਜਾ ਕੇ ਜਦੋਂ ਮਾਮਲਾ ਸ਼ੁਰੂ ਹੋਇਆ ਸੀ ਔਰ ਸ਼ੀਤਲ ਅੰਗਰਾਲ ਬੀਜੇਪੀ ਦੇ ਵਿੱਚ ਜਿਸ ਵੇਲੇ ਸ਼ਾਮਿਲ ਹੋਈ ਸੀ ਉਸ ਵੇਲੇ ਵੀ ਕਿਹਾ ਸੀ ਕਿ ਮੇਰੇ ਕੋਲ ਬਹੁਤ ਕੁਛ ਹੈ, ਮੈਂ ਜਨਤਕ ਕਰੂੰਗਾ। ਹੁਣ ਫਿਰ ਕਹਿ ਰਹੇ ਨੇ ਕਿ ਮੇਰੇ ਕੋਲ ਬਹੁਤ ਕੁਛ ਹੈ, ਮਤਲਬ ਇੰਨਾ ਕੁਛ ਇਹਨਾਂ ਦੇ ਕੋਲ ਹੈ, ਇਹਨਾਂ ਦੇ ਕੋਲ ਇੰਨਾ ਕੁਛ ਹੈ, ਅੰਦਰ ਦੀਆਂ ਗੱਲਾਂ ਇੰਨੀਆਂ ਸਾਰੀਆਂ ਨੇ, ਫਿਰ ਲੁਕਾ ਕੇ ਕਿਉਂ ਰੱਖਦੇ ਨੇ? ਜਦੋਂ ਇੰਨੇ ਇਹ ਇਲਜ਼ਾਮਾਂ ਦੇ ਵਿੱਚ ਖੁਦ ਘਿਰ ਜਾਂਦੇ ਨੇ ਫਿਰ ਕਹਿੰਦੇ ਨੇ ਮੇਰੇ ਕੋਲ ਬਹੁਤ ਕੁਛ ਹੈ, ਬਹੁਤ ਜਲਦੀ ਜਨਤਕ ਕਰੂੰਗਾ। ਫਿਲਹਾਲ ਸ਼ੀਤਲ ਅੰਗਰਾਲ ਦੇ ਵੱਲੋਂ ਸੀਐਮ ਮਾਨ ਤੇ ਜੋ ਇਲਜ਼ਾਮ ਲਗਾਏ ਗਏ ਨੇ, ਸੁਨੀਲ ਜਾਖੜ ਦਾ ਇੱਕ ਬਿਆਨ ਸਾਹਮਣੇ ਆਇਆ ਕਿ ਹੁਣ ਤਾਂ ਸੀਐਮ ਦਾ ਅਸਤੀਫਾ ਹੋ ਕੇ ਹੀ ਰਹੂਗਾ। ਸੀਐਮ ਮਾਨ ਕੀ ਹੁਣ ਸ਼ੀਤਲ ਅੰਗਰਾਲ ਦਾ ਚੈਲੰਜ ਕਬੂਲ ਕਰਨਗੇ? ਪੰਜਾਬ ਦੇ ਵਿੱਚ ਸ਼ਰੇਆਮ ਨਸ਼ਾ ਵੇਖ ਰਿਹਾ, ਨਸ਼ੇ ਨੂੰ ਲੈ ਕੇ ਸੀਐਮ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਇਹ ਜਾਖੜ ਦਾ ਬਿਆਨ। ਭਗਵੰਤ ਮਾਨ ਜੀ ਖੜੇ ਹੋ ਕੇ ਕਹਿੰਦਾ ਮੇਰੀ ਅੱਖ ਚ ਅੱਖ ਪਾ ਕੇ ਗੱਲ ਕਰੋ, ਕਿਸੇ ਨੇ ਅੱਖ ਮਿਲਾਈ ਸਾਹਿਬ ਸਾਰਿਆਂ ਨੇ? ਕੋਈ ਇਧਰ ਸੱਭਰਵਾਲ ਸਾਹਿਬ ਨਾਲ ਗੱਲ ਕਰਨ ਲੱਗਿਆ, ਕੋਈ ਲਾਡੀ ਜੀ ਨਾਲ ਗੱਲ ਕਰਨ ਲੱਗਿਆ ਵੀ ਕਿਤੇ ਭਗਵੰਤ ਮਾਨ ਦੀ ਅੱਖ ਦੇ ਨਾਲ ਅੱਖ ਨਾ ਪੈ ਜੇ। ਆ ਸਾਡੇ ਵਾਲਾ ਬੱਬਰ ਸ਼ੇਰ ਹੈ, ਇਹਨੇ ਕੱਲ ਖੜੇ ਹੋ ਕੇ ਚੱਲ ਤੂੰ ਮੇਰੇ ਨਾਲ ਅੱਖ ਚ ਅੱਖ ਪਾ ਕੇ ਗੱਲ ਕਰ। ਉਹ ਸ਼ਖਸ ਸਾਹਿਬ ਜਿਹਨੇ ਕਿਹਾ ਮੇਰੀ ਅੱਖ ਚ ਅੱਖ ਪਾ ਕੇ ਗੱਲ ਕਰੇ ਭਗਵੰਤ ਮਾਨ, ਹੁਣ ਦੱਸੋ ਇਹ ਲੋਕ ਡਰਨ ਹੁਣ ਕਿਹੜਾ ਬਹਾਦਰ ਹੈ? ਮੈਨੂੰ ਆ ਦੱਸੋ, ਰਾਜਾ ਬੜਿੰਗ ਬਹਾਦਰ ਹੈ ਜਾਂ ਸ਼ੀਤਲ ਅੰਗਰਾਲ ਬਹਾਦਰ? ਹਿੰਮਤ ਹੈ ਨੀ ਉਹਨਾਂ ਦੀ, ਕਿਸੇ ਦੀ ਹਿੰਮਤ ਹੈ ਨੀ ਸਾਹਿਬ ਵੀ ਭਗਵੰਤ ਮਾਨ ਦੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਲਵੇ। ਇਹ ਮੈਨੂੰ ਕਹਿ ਰਹੇ ਸੀ ਵੀ ਹੌਸਲਾ ਦਵਾ ਕੇ ਜਾਇਓ, ਆਹ ਤਾਂ ਹੌਸਲੇ ਦਾ ਪਾਵਰ ਸੈਂਟਰ ਹੈ, ਹੌਸਲਾ ਹੁੰਦਾ ਸਾਹਿਬ। ਹੁਣ ਚੈਲੰਜ ਭਗਵੰਤ ਮਾਨ ਜੀ ਨੂੰ ਹੈ, ਭਗਵੰਤ ਮਾਨ ਜੀ ਪਾਉਂਗੇ ਅੱਖ ਚ ਅੱਖ ਪਾ ਕੇ ਕਰੋਂਗੇ ਗੱਲ? ਨਹੀਂ ਹੋਣੀ ਸਾਹਿਬ ਗੱਲ, ਅੰਦਰੋਂ ਕਾਲੇ ਹੈ ਕਹਿੰਦੇ ਨੇ, ਚੋਰ ਦੇ ਪੈਰ ਨਹੀਂ ਹੁੰਦੇ। ਨਿਹਰਾ ਲੁੱਟ ਸੁੱਟ ਪਈ ਹੈ, ਪੰਜਾਬ ਲੁੱਟੀ ਜਾਂਦੇ, ਨਸ਼ੇ ਦੀ ਗੱਲ ਲੈ ਕੇ ਆਏ ਸੀ, ਨਸ਼ਾ ਖਤਮ ਕਰ ਦਿਆਂਗੇ ਹਫ਼ਤੇ ਚ, ਨਸ਼ਾ ਖਤਮ ਕਰ ਦਿਆਂਗੇ ਰੋਜ਼। ਕਹਿੰਦੇ ਸੀ 10,000 ਪੁਲਿਸ ਵਾਲੇ ਬਦਲਤੇ ਭਗਵੰਤ ਮਾਨ ਜੀ, ਚੀਫ ਮਿਨਿਸਟਰ ਪੰਜਾਬ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਬਰਾਬਰ DGP ਨੂੰ ਬਿਠਾਇਆ ਵੀ 10,000 ਸਿਪਾਹੀ ਪੁਲਿਸ ਵਾਲੇ ਬਦਲਤੇ ਕਿਉਂਕਿ ਇਹ ਨਸ਼ਾ ਵਿਕਾ ਰਹੇ ਸੀਗੇ। ਅਗਲੇ ਦਿਨ DG ਪੁਲਿਸ ਉਹ ਕਹਿੰਦੇ ਨਹੀਂ, ਕੋਈ ਨਸ਼ੇ ਕਰਕੇ ਨਹੀਂ ਬਦਲੇ, ਐਡਮਿਨਿਸਟ੍ਰੇਟਿਵ ਟ੍ਰਾਂਸਫਰ ਸੀਗੇ ਇਸ ਕਰਕੇ ਕੀਤੀਆਂ। ਅਗਰ ਹਿੰਮਤ ਹੁੰਦੀ ਭਗਵੰਤ ਮਾਨ ਜੀ ਚ ਜਾਂ ਮਾੜਾ ਮੋਟਾ ਇਖਲਾਕ ਜਾਂ ਸ਼ਰਮ ਹੁੰਦੀ, ਉਸ ਦਿਨ ਅਸਤੀਫਾ ਦੇ ਕੇ ਘਰੇ ਬਹਿ ਜਾਂਦੇ। ਉਹਨਾਂ ਨੇ ਅਸਤੀਫਾ ਦਿੱਤਾ ਨਹੀਂ, ਹੁਣ ਹੋਊਗਾ ਸਾਹਿਬ, ਹੁਣ ਹੋਊਗਾ ਅਸਤੀਫਾ।